हाँ जी, वाहिगुरु जी का खालसा, वाहिगुरु जी की फतेह। सो इस वीडियो में असं गल करांगे यूएसए दे इमीग्रेशन नू लैके जिहड़ी लेटेस्ट अपडेट आई हैगी है। सो वीडियो नू शुरू करन तों पहला रिक्वेस्ट है, जेकर अजे तक तुसीं इस चैनल नू सबसक्राइब नहीं कीता, फर्स्ट टाइम इस चैनल नू देख रहे हो तां थल्ले लाल रंग दे सबसक्राइब बटन नू प्रेस जरूर करो तां जो जो भी असीं नवीं वीडियो पाईए वो तुहाडे तक पहुंच सके। सो शुरू करते हैं। जिमें कि तुहानू पता ही हैगा, जिथे इमीग्रेंट वीजे का काफ़ी वड्डा बैकलॉग इन्हां को हो चुका हैगा, उत्थे वर्क परमिट दियां भी काफ़ी सारियां एप्लीकेशन पेंडिंग दे विच हैगियां। वर्क परमिट नू रीन्यू होने वास्ते काफ़ी लंबा समा जिहड़ा हैगा वो लग रहा हैगा। सो ये लगातार कोशिशां कर रहे हैगे है कि इस बैकलॉग नू जल्दी तो जल्दी घट किया जाए। सो सब तो पहला गल करते हैं कि वर्क परमिट के बैकलॉग नू घट करन दे वास्ते नवीं जिहड़ी USCIS ने अनाउंसमेंट की हैगी, नवां जिहड़ा ये चेंजेस के आया गए। उस तो बाद असं गल करांगे कि इमीग्रेंट वीजे दे बैकलॉग नू घट करन दे वास्ते किहड़े कदम चुक रहे हैगे। सो USCIS ने नवीं जिहड़ी अनाउंसमेंट की हैगी है, नवां एक चेंजेस जिहड़ा इन्होंने लैके आंदा हैगा, 7 फरवरी तो कुछ होर जिहड़ियां कैटेगरीज हैगियां जिन्हां दे वर्क परमिट की वैलिडिटी नू इन्हां ने एक्सटेंड कर दिता हैगा, बधा दिता हैगा। सो पहलां ये जिन्हां लोगों ने भी USA दे विच असाइलम दे केस लगाए हैगे है, जिन्हां दे असाइलम दे केस पेंडिंग विच हैगे है, C8 कैटेगरी जिहड़ी हैगी है, उन्हां ਨੂੰ ਹੀ ਇਹ 2 ਸਾਲ ਵਾਸਤੇ ਵਰਕ ਪਰਮਿਟ ਦਿੰਦੇ ਸੀ। ਬਾਕੀ ਕੁਝ ਜਿਹੜੀਆਂ ਕੈਟੇਗਰੀ ਸੀ ਜਿਨ੍ਹਾਂ ਨੂੰ ਸਿਰਫ 1 ਸਾਲ ਵਾਸਤੇ ਹੀ ਵਰਕ ਪਰਮਿਟ ਦਿੱਤਾ ਜਾਂਦਾ ਸੀ, ਹਰ ਸਾਲ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਹੈਗਾ ਉਹ ਰੀਨਿਊ ਕਰਾਉਣਾ ਪੈਂਦਾ ਸੀ। ਪਰ ਕੋਵਿਡ ਦੇ ਕਾਰਨ ਕਾਫੀ ਵੱਡਾ ਜਿਹੜਾ USCIS ਦੇ ਕੋਲ ਬੈਕਲੌਗ ਹੋ ਚੁੱਕਾ ਹੈਗਾ, ਕਾਫੀ ਸਾਰੀਆਂ ਪੈਂਡਿੰਗ ਦੇ ਵਿੱਚ ਹੈਗੀਆਂ ਐਪਲੀਕੇਸ਼ਨਾਂ ਜਿਨ੍ਹਾਂ ਲੋਕਾਂ ਨੇ ਵੀ ਵਰਕ ਪਰਮਿਟ ਨੂੰ ਰੀਨਿਊ ਕਰਨ ਵਾਸਤੇ USCIS ਨੂੰ ਭੇਜਿਆ ਹੈਗਾ। ਸੋ ਕਾਫੀ ਲੰਬਾ ਸਮਾਂ ਉਹਨਾਂ ਨੂੰ ਹੁਣ ਜਿਹੜਾ ਵੇਟ ਕਰਨਾ ਪੈ ਰਿਹਾ ਹੈਗਾ। ਸੋ USCIS ਨੇ ਇਸ ਬੈਕਲੌਗ ਨੂੰ ਘੱਟ ਕਰਨ ਦੇ ਵਾਸਤੇ, ਟਾਈਮ ਨੂੰ ਘੱਟ ਕਰਨ ਦੇ ਵਾਸਤੇ ਇਹਨਾਂ ਨੇ ਇੱਕ ਨਵਾਂ ਜਿਹੜਾ ਚੇਂਜਸ ਲੈ ਕੇ ਆਉਂਦਾ ਹੈਗਾ। ਸੋ ਕੁਝ ਹੋਰ ਜਿਹੜੀਆਂ ਕੈਟੇਗਰੀਜ਼ ਹੈਗੀਆਂ ਜਿਨ੍ਹਾਂ ਨੂੰ ਹੁਣ ਇਹਨਾਂ ਨੇ ਐਡ ਕੀਤਾ ਹੈਗਾ, ਜਿਨ੍ਹਾਂ ਨੂੰ ਹੁਣ ਇਹ 2 ਸਾਲ ਵਾਸਤੇ ਵਰਕ ਪਰਮਿਟ ਦੇਣਗੇ। ਸੋ ਕੈਟੇਗਰੀਆਂ ਜਿਹੜੀਆਂ ਹੈਗੀਆਂ, ਸਭ ਤੋਂ ਪਹਿਲੇ ਨੰਬਰ ਤੇ ਜਿਹੜੇ ਵੀ ਲੋਕ ਰਿਫਿਊਜੀ ਜਿਹੜੇ ਹੈਗੇ ਆ A3 ਕੈਟੇਗਰੀ ਵਿੱਚ ਜਿਹੜੇ ਲੋਕ ਆਉਂਦੇ ਹੈਗੇ ਆ, ਦੂਸਰੇ ਨੰਬਰ ਤੇ ਜਿਨ੍ਹਾਂ ਦੇ ਵੀ ਅਸਾਈਲਮ ਦੇ ਕੇਸ ਪਾਸ ਹੋ ਚੁੱਕੇ ਹੈਗੇ ਆ A5 ਕੈਟੇਗਰੀ, ਤੀਸਰੇ ਨੰਬਰ ਤੇ ਗ੍ਰਾਂਟਡ ਵਿਦ ਹੋਲਡਿੰਗ ਆਫ ਡੈਪੋਟੇਸ਼ਨ ਔਰ ਰਿਮੂਵਲ A10 ਕੈਟੇਗਰੀ, ਚੌਥੇ ਨੰਬਰ ਤੇ ਵਾਵਾ ਸੈਲਫ ਪਟੀਸ਼ਨਰ ਜਿਨ੍ਹਾਂ ਨੇ ਵੀ ਵਾਵਾ ਦੇ ਕੇਸ USA ਵਿੱਚ ਲਗਾਏ ਹੈਗੇ ਆ, C31 ਕੈਟੇਗਰੀ ਜਿਹੜੀ ਹੈਗੀ ਹੈ, ਇਹਨਾਂ ਸਾਰਿਆਂ ਦੇ ਵਰਕ ਪਰਮਿਟ ਦੀ ਵੈਲਿਡਿਟੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਐਕਸਟੈਂਡ ਕਰਕੇ 2 ਸਾਲ ਕਰ ਦਿੱਤੀ ਹੈਗੀ ਹੈ। ਸੋ ਇਹ ਬਹੁਤ ਹੀ ਵਧੀਆ ਖਬਰ ਹੈਗੀ ਹੈ, ਕਿਉਂਕਿ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਲੰਬਾ ਸਮਾਂ ਇਸ ਵਰਕ ਪਰਮਿਟ ਦੇ ਵਾਸਤੇ ਵੇਟ ਕਰਨੀ ਪੈਂਦੀ ਹੈਗੀ ਹੈ, ਜਿਨ੍ਹਾਂ ਨੇ ਵੀ ਆਪਣੇ ਵਰਕ ਪਰਮਿਟ ਨੂੰ ਰੀਨਿਊ ਕਰਨ ਦੇ ਵਾਸਤੇ USCIS ਨੂੰ ਐਪਲੀਕੇਸ਼ਨਾਂ ਭੇਜੀਆਂ ਹੈਗੀਆਂ। ਕੁਝ ਲੋਕ ਤਾਂ ਐਸੇ ਵੀ ਹੈਗੇ ਆ ਜਿਨ੍ਹਾਂ ਨੂੰ 1-1 ਸਾਲ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਹੈਗਾ ਲੱਗ ਰਿਹਾ ਹੈਗਾ ਨਵੇਂ ਵਰਕ ਪਰਮਿਟ ਨੂੰ ਲੈਣ ਦੇ ਵਾਸਤੇ। ਸੋ ਇਹ ਵੀ ਇੱਕ ਕਾਫੀ ਵੱਡਾ ਜਿਹੜਾ ਮੁੱਦਾ ਹੈਗਾ ਜਿਹਦੇ ਕਾਰਨ USCIS ਨੂੰ ਕੁਝ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਸੂ ਵੀ ਕੀਤਾ ਹੈਗਾ, ਕਿਉਂਕਿ ਇੰਨਾ ਸਮਾਂ ਜਿਹੜਾ ਲੱਗ ਰਿਹਾ ਹੈਗਾ ਜਿਹਦੇ ਕਾਰਨ ਕੁਝ ਲੋਕਾਂ ਦੀਆਂ ਜੋਬਸ ਚਲੀਆਂ ਜਾਂਦੀਆਂ ਹੈਗੀਆਂ, ਕੁਝ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦੇ ਲਾਇਸੈਂਸ ਐਕਸਪਾਇਰ ਹੋ ਜਾਂਦੇ ਹੈਗੇ ਆ। ਸੋ USCIS ਹੁਣ ਇਸ ਬੈਕਲੌਗ ਨੂੰ ਕਲੀਅਰ ਕਰਨ ਦੇ ਵਾਸਤੇ ਇਹਨਾਂ ਨੇ ਇਹ ਜਿਹੜਾ ਨਵਾਂ ਇੱਕ ਕਦਮ ਚੁੱਕਿਆ ਹੈਗਾ, ਨਵਾਂ ਜਿਹੜਾ ਇਹਨਾਂ ਨੇ ਚੇਂਜਸ ਲੈ ਕੇ ਆਂਦਾ ਹੈਗਾ। ਸੋ ਜਿਹੜੇ ਲੋਕ ਵੀ ਹੁਣ ਇਹਨਾਂ ਕੈਟੇਗਰੀਜ਼ ਦੇ ਥਰੂ ਵਰਕ ਪਰਮਿਟ ਨੂੰ ਰੀਨਿਊ ਕਰਨ ਦੇ ਵਾਸਤੇ USCIS ਨੂੰ ਭੇਜਣਗੇ, ਉਹਨਾਂ ਨੂੰ ਹੁਣ 2 ਸਾਲ ਵਾਸਤੇ ਇਹ ਵਰਕ ਪਰਮਿਟ ਦੇਣਗੇ। ਸੋ ਇਹ ਨਵਾਂ ਚੇਂਜਸ ਜਿਹੜਾ ਹੈਗਾ, ਨਵਾਂ ਰੂਲ ਜਿਹੜਾ ਹੈਗਾ, ਇਹ 7 ਫਰਵਰੀ 2022 ਤੋਂ ਇਹਨਾਂ ਨੇ ਲਾਗੂ ਕਰ ਦਿੱਤਾ ਹੈਗਾ। 7 ਫਰਵਰੀ ਤੋਂ ਬਾਅਦ ਜਿਹੜੇ ਲੋਕ ਵੀ ਇਹਨਾਂ ਕੈਟੇਗਰੀਆਂ ਦੇ ਥਰੂ ਵਰਕ ਪਰਮਿਟ ਨੂੰ ਰੀਨਿਊ ਕਰਨ ਦੇ ਵਾਸਤੇ ਇਹਨਾਂ ਨੂੰ ਭੇਜਣਗੇ, ਉਹਨਾਂ ਨੂੰ ਹੁਣ ਇਹ 2 ਸਾਲ ਵਾਸਤੇ ਵਰਕ ਪਰਮਿਟ ਦੇਣਗੇ। ਅਗਲੀ ਗੱਲ ਕਰਦੇ ਹਾਂ ਇਮੀਗ੍ਰੈਂਟ ਵੀਜ਼ੇ ਦਾ, ਕਾਫੀ ਵੱਡਾ ਜਿਹੜਾ ਇਹਨਾਂ ਕੋਲ ਬੈਕਲੌਗ ਹੋ ਚੁੱਕਾ ਹੈਗਾ, ਜਿਹਦੇ ਬਾਰੇ ਲਗਾਤਾਰ ਆਪਣੀ ਵੀਡੀਓਜ਼ ਦੇ ਵਿੱਚ ਤੁਹਾਨੂੰ ਅਸੀਂ ਅਪਡੇਟ ਦਿੰਦੇ ਆ ਰਹੇ ਹਾਂ। ਸੋ ਪਿਛਲੇ ਮਹੀਨੇ ਜਿਹੜੀ ਅਸੀਂ ਅਪਡੇਟ ਦਿੱਤੀ ਸੀ, ਜਨਵਰੀ ਮਹੀਨੇ ਤੱਕ ਇਹਨਾਂ ਕੋਲ ਲਗਭਗ 4,39,000 ਤੋਂ ਜ਼ਿਆਦਾ ਜਿਹੜੇ ਲੋਕ ਸਨ ਜੋ ਇਮੀਗ੍ਰੈਂਟ ਵੀਜ਼ੇ ਦੀ ਇੰਟਰਵਿਊ ਦੀ ਵਾਰੀ ਦੀ ਵੇਟ ਕਰ ਰਹੇ ਸਨ। ਸੋ ਜਿਸ ਹਿਸਾਬ ਦੇ ਨਾਲ ਹਰ ਮਹੀਨੇ ਇਹ ਇੰਟਰਵਿਊ ਦੇ ਵਾਸਤੇ ਅਪੁਆਇੰਟਮੈਂਟਾਂ ਦੇ ਰਹੇ ਹੈਗੇ ਆ, ਕਿਹਾ ਜਾ ਰਿਹਾ ਕਿ ਕਾਫੀ ਮਹੀਨੇ ਇਸ ਬੈਕਲੌਗ ਨੂੰ ਕਲੀਅਰ ਹੋਣ ਵਾਸਤੇ ਲੱਗ ਸਕਦੇ ਹੈਗੇ ਆ। ਬਾਕੀ ਡਿਪਾਰਟਮੈਂਟ ਆਫ ਸਟੇਟ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈਗਾ ਕਿ ਇਸ ਬੈਕਲੌਗ ਨੂੰ ਜਲਦੀ ਤੋਂ ਜਲਦੀ ਘੱਟ ਕੀਤਾ ਜਾਵੇ। ਸੋ ਲੇਟੈਸਟ ਅਪਡੇਟ ਜਿਹੜੀ ਆ ਰਹੀ ਹੈਗੀ ਹੈ, ਡਿਪਾਰਟਮੈਂਟ ਆਫ ਸਟੇਟ ਇਹ ਪਲੈਨਿੰਗ ਕਰ ਰਿਹਾ ਹੈਗਾ ਕਿ ਫਿਸਕਲ ਈਅਰ 2022 ਜਿਹੜਾ ਹੈਗਾ ਇਹਨੂੰ ਇਹ ਕਾਫੀ ਸਾਰੇ ਫੋਰਨ ਆਫੀਸਰ ਜਿਹੜੇ ਹੈਗੇ ਆ ਉਹਨਾਂ ਨੂੰ ਹਾਇਰ ਕਰਨਗੇ, ਤਾਂ ਜੋ ਕਾਫੀ ਵੱਡਾ ਜਿਹੜਾ ਇਹਨਾਂ ਦੇ ਕੋਲ ਬੈਕਲੌਗ ਹੋ ਚੁੱਕਾ ਹੈਗਾ, ਇਸ ਬੈਕਲੌਗ ਨੂੰ ਕਲੀਅਰ ਕਰਨ ਦੇ ਵਾਸਤੇ ਥੋੜੀ ਮਦਦ ਮਿਲ ਸਕੇ। ਬਾਕੀ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸ ਬੈਕਲੌਗ ਨੂੰ ਕਲੀਅਰ ਕਰਨ ਦੇ ਵਾਸਤੇ, ਘੱਟ ਕਰਨ ਦੇ ਵਾਸਤੇ ਕਿਹੜੇ ਕਿਹੜੇ ਕਦਮ ਉਠਾਉਂਦੇ ਹੈਗੇ ਆ, ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਸੋ ਅੱਜ ਵਾਸਤੇ ਇੰਨਾ ਹੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਔਰ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।